पोलैंड दे विच होई वर्ल्ड चैंपियनशिप दे विच पटियाला दी परनीत कौर ने पूरे पंजाब दा नाम रोशन कीता है अते पूरी टीम दे नाल गोल्ड मेडल जीते है। दस दिए कि परनीत कौर पटियाला दे सरकारी मल्टीपर्पज स्कूल दे विच 11वीं क्लास दी विच पढ़दी है। परनीत कौर दी इस वड्डी जित दे उत्ते पूरे परिवार नूं ही नहीं बल्कि पूरे पंजाब नूं माण है। वर्ल्ड चैंपियनशिप होई सी पोलैंड, उत्थे टीम गोल्ड ते इंडिविजुअल ब्रोंज मेडल आया ते वर्ल्ड रिकॉर्ड भी बनाया टीम दा। की कहना चाहोगे एक लड़की हो तुसी ते लड़कियां नूं की संदेश हैगा वी इन्नी वड्डी प्राप्ति हासिल करके पहुंचे हो? यही कि अपने ड्रीम्स नूं ना छड्डो ते हार्ड वर्क करो। किहड़ा मुकाबला जी तुहाडा गेम विच उत्थे पोलैंड विच किदां तुहानूं लग्गिया? उत्थे बहुत सारी कंट्रीज आईयां सी जिवें इटली, फ्रांस, स्पेन, रशिया, USA, ग्रेट ब्रिटेन ते होर भी आईयां सी। उत्थे खेड के वधिया लग्गिया ते नवा एक्सपीरियंस। किन्ना कु मुकाबला तुहानूं तकड़ा सीगा उत्थे मुकाबला विच, किवें तुहानूं लग्गिया मुकाबला ते आने दा ड्रीम की हैगा? अगला ड्रीम मेरा एशियन गेम्स ते एशियन चैंपियनशिप है। एशियन चैंपियनशिप दिसंबर च होनी है ते एशियन गेम्स अगले साल होने। स्कूल दे विच अज किदां दा सम्मान तुहाडा कीता गया जी? स्कूल वाले बहुत वधिया ने ते उन्होंने सम्मान बहुत वधिया करिया ते मैनूं वधिया फील होया। आगे नहीं थी कि तुसी विश्व रिकॉर्ड बनाया हैगा, वो की विश्व रिकॉर्ड है? इस तो पहला किहदे नाम ते सी? इस तो पहला वर्ल्ड रिकॉर्ड टीम दा USA दे नाम सीगा 2045। असी 22 स्कोर वध मार के रिकॉर्ड बनाया टीम दा। ਅਸੀਂ ਦਿਨ 'ਚ 8 ਘੰਟੇ ਪ੍ਰੈਕਟਿਸ ਕਰਦੇ ਸੀ ਦਿਨ 'ਚ 8 ਘੰਟੇ ਪ੍ਰੈਕਟਿਸ ਕਰਦੇ ਸੀਗੇ ਡੇਲੀ। ਗਰਲਜ਼ ਵਾਸਤੇ ਕੀ ਤੁਸੀਂ ਕਹਿੰਦੇ ਹੈਗੇ ਕਿ ਅੱਗੇ ਆਉਣਾ ਚਾਹੀਦਾ, ਜਿਵੇਂ ਕਿ ਦੇਖਦਾ ਗਰਲਜ਼ ਨੂੰ ਘੱਟ ਮੌਕਾ ਮਿਲਦਾ, ਤੁਹਾਨੂੰ ਤੁਹਾਡੇ ਪਰਿਵਾਰ ਨੇ ਤੁਹਾਡੇ ਕੋਚ ਨੇ ਸਪੋਰਟ ਕੀਤੀ, ਗਰਲਜ਼ ਵਾਸਤੇ ਕੀ ਮੈਸੇਜ ਦਿੰਦੇ ਹੋ? ਅੱਜ ਕੱਲ੍ਹ ਐਵੇਂ ਦਾ ਕੁਛ ਹੈਗਾ ਨਹੀਂ ਅਤੇ ਸਾਰਿਆਂ ਨੂੰ ਇਕੁਅਲੀ ਸਪੋਰਟ ਮਿਲਦੀ ਹੈ ਅਤੇ ਬਸ ਇਹੀ ਹੈ ਕਿ ਆਪਣੀ ਡ੍ਰੀਮਸ ਨਾ ਛੱਡੋ ਅਤੇ ਅੱਗੇ ਵਧੋ। ਸਕੂਲ ਵੱਲੋਂ ਕਿੱਦਾਂ ਸਪੋਰਟ ਮਿਲਿਆ ਤੁਹਾਨੂੰ? ਸਕੂਲ ਵੱਲੋਂ ਬਹੁਤ ਵਧੀਆ ਸਪੋਰਟ ਮਿਲਿਆ, ਉਹਨਾਂ ਨੇ ਮਤਲਬ ਸਕੂਲ ਫਰੀ ਕਰਿਆ ਮੈਨੂੰ ਥੋੜ੍ਹਾ ਐਗਜ਼ਾਮ ਵਗੈਰਾ ਤੋਂ ਅਤੇ ਮੈਨੂੰ ਖੇਡਣ ਦਿੱਤਾ। ਮੇਰੇ ਕੋਚ ਪੰਜਾਬੀ ਯੂਨੀਵਰਸਿਟੀ ਬੇਟੀ ਹੈ, ਸਾਰੇ ਬੱਚੇ ਬਹੁਤ ਖੁਸ਼ ਨੇ। ਸਾਡਾ ਸਾਰਾ ਸਕੂਲ ਪੂਰਾ ਖੁਸ਼ੀ 'ਚ ਨੱਚ ਰਿਹਾ ਹੈ। ਇਹ ਮਾਂ ਪਿਓ ਦੀ ਇਕਲੌਤੀ ਬੇਟੀ ਹੈ, ਦੋਨੇ ਮਦਰ ਫਾਦਰ ਇਹਦੇ ਟੀਚਰ ਨੇ, ਸੋ ਸਾਨੂੰ ਇਸ ਗੱਲ ਲਈ ਹੋਰ ਵੀ ਸਾਨੂੰ ਹੌਸਲਾ ਮਿਲਦਾ ਕਿ ਸਾਡੇ ਟੀਚਰ ਆਪਣੀ ਇਕਲੌਤੀ ਬੇਟੀ 'ਚ ਨੂੰ ਵਰਲਡ ਰਿਕਾਰਡ ਤੋੜਨ ਤੱਕ ਲੈ ਕੇ ਜਾਣਾ ਬਹੁਤ ਵੱਡੀ ਸਾਡੇ ਵਾਸਤੇ ਪ੍ਰਾਪਤੀ ਹੈ। ਸੋ ਅੱਜ ਸਾਡਾ ਸਾਰਾ ਸਟਾਫ, ਸਾਰੇ ਬੱਚੇ ਬਹੁਤ ਖੁਸ਼ ਨੇ ਜੀ। ਅਸੀਂ ਬੇਟੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਹੋ ਗਿਆ। ਮੈਂ ਸੁਰਿੰਦਰ ਸਿੰਘ ਰੰਧਾਵਾ, ਪੰਜਾਬੀ ਯੂਨੀਵਰਸਿਟੀ ਦੀ ਟ੍ਰੇਨਿੰਗ ਦੇ ਰਿਹਾ। ਇਸ ਬੱਚੀ ਨੂੰ ਪਿਛਲੇ 4 ਸਾਲ ਤੋਂ ਟ੍ਰੇਨਿੰਗ ਦਿੱਤੀ ਹੈ ਔਰ ਟ੍ਰੇਨਿੰਗ ਦੇ ਦੌਰਾਨ ਕੋਵਿਡ ਦਾ ਵੀ 2 ਸਾਲ ਜਿਹੜੇ ਹੈਗੇ ਸੀ ਉਹਦੇ ਵਿੱਚ ਵੀ ਘਰ ਦੇ ਵਿੱਚ ਪ੍ਰੈਕਟਿਸ ਹੋਈ ਹੈ, ਔਨਲਾਈਨ ਪ੍ਰੈਕਟਿਸ ਕਰਵਾਈ ਹੋਈ ਹੈ, ਪਰ ਇਸ ਬੱਚੀ ਨੇ ਬਹੁਤ ਸਖਤ ਮਿਹਨਤ ਕੀਤੀ ਹੈ। ਇਹ ਸਖਤ ਮਿਹਨਤ ਦਾ ਨਤੀਜਾ ਇਸ ਨੇ ਵਰਲਡ ਰਿਕਾਰਡ ਤੋੜਿਆ, ਪਲੱਸ ਇਹਨੇ ਮੈਡਲ ਲਏ। ਉਸ ਤੋਂ ਪਹਿਲਾਂ ਵੀ ਇਹ ਮਾਰਚ ਦੇ ਵਿੱਚ ਜੂਨੀਅਰ ਨੈਸ਼ਨਲ ਦੇ ਵਿੱਚ 2 ਸਿਲਵਰ 2 ਬ੍ਰੋਂਜ਼ ਦੇ ਨਾਲ ਇਹ ਮੈਡਲ ਲੈ ਕੇ ਆਈ ਹੈ। ਇਸ ਤੋਂ ਪਹਿਲਾਂ 2 ਵਾਰ ਏਸ਼ੀਆ ਕੱਪ ਦੇ ਵਿੱਚ ਸਿਲੈਕਟ ਹੋਈ ਸੀ ਕੁੜੀ, ਪਹਿਲੇ ਨੰਬਰ 'ਤੇ ਇੰਡੀਆ ਦੇ ਵਿੱਚ, ਪਰ ਉਹ ਕੋਵਿਡ ਕਰਕੇ ਟੀਮ ਨਹੀਂ ਜਾ ਸਕੀ। ਇਹ ਪਹਿਲਾ ਟੂਰ ਇਹਦਾ ਵਰਲਡ ਚੈਂਪੀਅਨਸ਼ਿਪ ਲੱਗਿਆ, ਉੱਥੇ ਰਿਕਾਰਡ ਬਣਾਇਆ ਅਤੇ ਮੈਡਲ ਲਿਆ। ਅਗਲਾ ਟੂਰ ਜਿਹੜਾ ਸਾਡਾ ਟਾਰਗੇਟ ਹੈ ਉਹ ਏਸ਼ੀਅਨ ਗੇਮਸ ਹੈ, ਅਤੇ ਮੈਨੂੰ ਪੂਰਾ ਉਮੀਦ ਹੈ ਕਿ ਅਸੀਂ ਉਹਦੇ ਵਾਸਤੇ ਅਸੀਂ ਵਧੀਆ ਮਿਹਨਤ ਕਰਾਂਗੇ ਹੋਰ ਵਧੀਆ ਉਹਦੇ ਵਾਸਤੇ। ਉਮੀਦ ਕਰਦੇ ਹਾਂ ਕਿ ਪ੍ਰਨੀਤ ਕੌਰ ਅੱਗੇ ਵੀ ਪੰਜਾਬ ਦਾ ਨਾਮ ਇਸੇ ਤਰ੍ਹਾਂ ਰੋਸ਼ਨ ਕਰਦੀ ਰਹੇਗੀ। ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।